ਦਸਤਾਨੇ ਚੁੱਕ ਲਿਆ ਤੇ ਉਹ ਮੁਜ਼ੰਮਲ ਬਾਈ ਨੂੰ ਦਿਆ ਇਲੈਕਟ੍ਰੀਸ਼ਨ ਨੂੰ ਜਾ ਫਟਾਫਟ ਅੱਲਾ ਮੁਜ਼ੰਮਲ ਬਾਈ ਨੂੰ ਦੇ ਚਲਾ ਕਹਿੰਦਾ ਸਾਫ਼ ਕਰ ਜਾ ਜਾ ਦੇ ਹੋਰ ਸੁਣੋ ਅਫਤਰਾ ਬੈਟਿੰਗ ਦੀ ਕੌਣ ਆ ਰਿਹਾ ਦੂਸਰੀ ਇਨਿੰਗ ਕਾ ਆਗਾਜ਼ ਮੁਜ਼ੰਮਲ ਜਾਵੇਦ ਸਕੋਰ ਦੱਸੋ ਜੀ ਹੁਣ ਕਿੰਨਾ ਹੈ 80 80 ਵਿਨ ਕਰਨਾ ਹੈ 80 ਸਕੋਰ ਕਾ ਟਾਰਗੇਟ ਦਿਆ ਹੈ ਬਿਸਮਿਲਾ ਟਾਈਗਰ ਕਲੱਬ ਨੇ ਫੈਸਲਾਬਾਦ ਬਿਸਮਿਲਾ ਟਾਈਗਰ ਕਲੱਬ ਵਿਨ ਕੇ ਲਈ 80 ਸਕੋਰ ਕਾ ਟਾਰਗੇਟ ਔਰ ਬਿਸਮਿਲਾ ਕੀ ਟੀਮ ਪਲਾਨ ਕਰਤੇ ਹੋਏ ਆਕਾਸ਼ ਰਾਣਾ ਹਾਂਜੀ ਆਕਾਸ਼ ਰਾਣਾ ਯੂਸੁਫ ਬਾਈ ਕੇ ਬੜੇ ਭਾਈ ਜਨਾਬ ਬੈਟਸਮੈਨ ਦਾ ਕਸੂਰ ਉਹਨੂੰ ਚਾਹੀਦਾ ਸੀ ਕਿ ਉਹਨੂੰ ਜਾ ਕੇ ਕਹਿੰਦਾ ਇਹ ਬੱਟਾ ਮਾਰਦਾ ਚੈੱਕ ਕਰਾਂਗੇ ਇਹਦੇ ਦਿਮਾਗ ਹੀ ਰਹਿੰਦਾ ਫਿਰ ਇਹ ਲੂਜ਼ ਸੜਦਾ ਥੈਂਕ ਯੂ ਯੂਸਫ ਫੀਲਡਿੰਗ ਕੋ ਤਰਤੀਬ ਦੇਤੇ ਹੋਏ ਮੇਰੇ ਸਰ ਤੇ ਨਾ ਪਾਇਆ ਜੇ ਸ਼ਾਹੀ ਵਿਕਟ ਕਵਰ ਕਰਤੇ ਸ਼ਾਹੀ ਧਿਆਨ ਨਾਲ ਮੇਰੇ ਸਰ ਤੇ ਨਾ ਪਾਇਆ ਜੇ ਮਿਹਰਬਾਨੀ ਤੁਹਾਡੀ RIM ਕਾ ਮੈਚ ਇਸਕੇ ਬਾਅਦ ਜੋ ਇਸਸੇ ਲਾਸਟ ਟਾਈਮ ਯਹੀ ਵਾਲਾ ਮੈਚ ਥਾ ਜੋ ਆਪਨੇ 50 ਪਲੱਸ ਮਾਰਾ ਥਾ ਟੀਮ ਕਾ ਫਰਕ ਹੈ ਬਸ ਅੱਛਾ ਸ਼ਾਟ ਪਾਲ ਦੋ ਰਨ ਕਾ ਇਜ਼ਾਫਾ ਭਾਈ ਬਾਲ ਚੈੱਕ ਕਰ ਲੋ ਪਹਿਲਾ ਸੈਮੀ ਫਾਈਨਲ ਟਾਈਗਰ ਵਰਸਸ ਬਿਸਮਿਲਲਾ ਕ੍ਰਿਕਟ ਕਲੱਬ ਫੈਸਲਾਬਾਦ ਬਸ ਠੀਕ ਹੈ ਠੀਕ ਹੈ ਰਾਣਾ ਯੂਸਫ ਨੇ ਆਪਣੀ ਫੀਲਡ ਚੇਂਜ ਕੀ ਆਸਿਮ ਖਾਨ ਰਾਣਾ ਲਿਆਕਰ ਜੋ ਡਿਫੈਂਸ ਮੈਂ ਮਿਸ ਕਰ ਰਹੇ ਹਮੇ ਆਸਿਮ ਸ਼ਾ ਕਾਮਰਨ ਸ਼ਾ ਬੈਟਿੰਗ ਪੇ ਤਿਆਰ ਸਾਹਮਣਾ ਕਰਨਗੇ ਸ਼ਾਮ ਬੱਟ ਕਾ ਗ੍ਰੇਟ ਸ਼ਾਟ ਸਾਜੀ ਗ੍ਰੇਟ ਟਾਸ ਬਾਲ ਥਾ 6 ਰਨ ਕੇ ਲਈ ਬਾਲ ਬਾਉਂਡਰੀ ਲਾਈਨ ਸੇ ਬਾਹਰ ਇੰਤਜ਼ਾਮੀਆ ਬਾਲ ਕੋ ਉਠਾਏ ਮਹਿਮਾਨ ਅੱਛਾ ਬਾਲ ਅਵੈਸ ਭਾਈ ਅਭੀ ਬੈਟਿੰਗ ਮੇ ਨਹੀਂ ਆਏ ਨਾਨ ਸਟ੍ਰਾਈਕਰ ਐਂਡ ਪੀ ਖੜੇ ਵੇਟਿੰਗ ਮੇ ਜੀ ਬੈਸਟ ਆਫ ਲੱਕ ਬਹੁਤ ਹੀ ਉਮਦਾ ਸ਼ਾਟ ਸ਼ਾਹ ਜੀ ਕੀ ਬੈਕ ਟੂ ਬੈਕ ਸਿਕਸਰ ਕਾਮਰਾਨ ਸ਼ਾਹ ਔਨ ਫਾਇਰ ਵਾਈਟ ਬਾਲ ਭਾਈ ਹੈਲੋ ਓ ਭਾਈ ਨਹੀਂ ਨਹੀਂ ਵਾਈਡ ਹੀ ਹੋ ਗਿਆ ਅਗਰ ਡਾਇਰੈਕਟ ਆਂਦਾ ਫਿਰ ਮੈਂ ਮੈਂ ਤਾਂ ਸ਼ਾਰ ਕਰਾਂ ਉਹ ਤਾਂ ਪਤਾ ਨਹੀਂ ਕਰਦਾ ਸੁੱਤਾ ਪਿਆ ਸ਼ਾਟ ਹੈ ਸ਼ਾਜੀ ਚੌਕਾ ਹੋ ਗਿਆ ਤੁਹਾਡਾ ਰੇਡ ਆਊਟ 4 ਰਨ ਕੇ ਲਈ ਉਮਦਾ ਹਿਟਿੰਗ ਸ਼ਾ ਕਾਮਰਾਨ ਸ਼ਾ ਕੀ
ایک اوور کے اختتام پہ سکور خان 25 بہت زیادہ ایکسپینس سکور ہے. نیکسٹ آنے والے بیٹس مین کو بہت ہی سینسٹیو بالنگ کرنی پڑے گی. پیر سیدھا لانگ جائے گا, اہی نہ بجے گا. چیک کر کے اویس مرزا اویس بھائی شاباش شاباش, دو کر لو نکل گئی. مدثر تو مدثر سے فیلڈر, ایک ہی رن کا اضافہ. شاہ جی اوور مس ہو جائے رام سکون 26 ہو گئے نے. اے بریٹی مار دے بریٹی ان دی بال چے پارچ کام دا شاہ آؤٹ ہو کر پبین واپس. سمیم آجا سمیم عمدہ بولیں بیٹھ دے دے. نہیں نہیں شاہ بڑے بال چاہیے بیٹھ. اب میچ کا سارا دارومدار مرزا ویس بیک پر. کیوں باقی بھی کھیلنا ہے, 9 بندے سینئر موسٹ بیٹس مین غلام رسول. انہیں بندے تھے انہیں وہ جو پہ نے جنہوں کی انہیں باری نہیں آئی. بیٹنگ کرنے کے لیے آئے شمیم شمیم ایس ایچ او صاحب. دو 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 کوئی نہیں باندھا کوئی باندھا کوئی باندھا کوئی باندھا کوئی نہیں. دو رن کا اضافہ. کیا کیا مدثر نے پانی دے اس کو کیا کیا کس کو عبدالرؤف کو پیر مڑ گیا. شمیم وکٹ کور کر کے کھیڈ بس وکٹ نہ آؤٹ باقی بھی بالا بن جائیں گے آپ کے. عبدالرؤف تھوڑے سے انجرڈ ٹھیک ہو گئے. اس جگہ فیلڈر لے لو. وہ نہیں چھڑ رہا آپ پہ بول گیا. روکا تو نہیں میں کروں گا. چلو عبدالرؤف پہلے 25 تھا چوکا تھا. اچھا کم بیک کیا آ رہا ہے بسم اللہ نے. بول رہے ہیں عرفان اچھا آؤٹ ہونے کا خطرہ. ویل ڈن ایس ایچ او صاحب چھکا ایس ایچ او. یہ مزاق نہیں کر رہا ہوا ہے سچی نہیں تو بال اگے یوسف کے کول گر جانا سر اوپر ہی سائیڈ سے دیکھو نا ہوا چل رہا ہے. چار رن کے لیے باؤنڈری لائن سے باہر. ایس ایچ او 11 بس وہ کام رکھنا ہے. اس کی سپیڈ نہیں ہے اسام کی سپیڈ اچھی ہے. انوویشن اینڈ گیند کور کر کے لے کے ہاتھ پورا کنیئر رہ گئی ہے ایریا. چالی رہ گئے 42 چار بالوں میں چار اوور میں 40 24 بالوں پہ 40 رن چاہیے. 10 کی ایوریج میں نے تین لتاں جو مارنی. عمدہ بال بہت ہی اچھا بال سام بٹ کا. اچھا بال
ਵਾਈਟ ਡਿਲੀਵਰੀ ਕਰ ਦੀ ਡਬਲ 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 ਨਿਕਲ ਗਈ ਨਿਕਲ ਗਈ ਨਿਕਲ ਗਈ ਨਿਕਲ ਗਈ ਦੋ ਰਨ ਕਾ ਇਜ਼ਾਫਾ ਵੀ ਆਊਟ ਕਰਾਤਾ ਸੀ ਇਹਦੇ ਚੱਕਰ ਦੇ ਆ ਜਾ ਜੀ ਦੋ ਇੱਕ ਤਿੰਨ ਹੋ ਗਏ ਚਾਰ ਹੋ ਗਏ ਸ਼ਮੀਮ ਵਿਕਟ ਨਾ ਦਵੀ ਬਸ ਇਹ ਧਿਆਨ ਰੱਖੀ ਤੂੰ ਇਹ ਓਵਰ ਕਰ ਦੋ ਓਵਰ ਆਪਾਂ ਚੰਗੇ ਲੱਭਣੇ ਨੇ ਫਿਰ ਵੀ ਕੋਈ ਟੈਨਸ਼ਨ ਨਹੀਂ ਹੈ ਅੱਛੀ ਬਾਲ ਚੁਰਤਾਲੀ ਹੋ ਗਿਆ ਬਰਤਾਵਾ ਸਕੋਰ 44 ਇੱਕ ਬਾਉਂਡਰੀ ਵੀ ਲੱਗ ਗਈ ਤੇ ਸਿੱਧਾ ਇੱਕ ਅੱਛਾ ਬਹੁਤ ਤੇਜ਼ ਬਾਲ ਇਸਾਮ ਬਟਕਾ ਨਾ ਲੱਗੇ ਕਿ ਲਾਣਾ ਜ਼ਰੂਰੀ ਹੈ ਇਸ ਟਾਈਮ ਵਿਕਟ ਬਚਾਉਣੀ ਜ਼ਰੂਰੀ ਕਿ ਲਾਣਾ ਜ਼ਰੂਰੀ ਹੈ ਉਹਦੇ ਤੋਂ ਇਹ ਭਾਈ ਉਹਨੇ ਵਰੈਟੀ ਮਾਰੀ ਹੈ ਕਮੇਟੀ ਖਰਾਬ ਨਾ ਕਰੋ ਪਿੱਛੋਂ ਬਹੁਤ ਉਮਦਾ ਬਾਲਿੰਗ ਕਰਦੇ ਹੋਏ ਸਾਂਭਟ ਸਾਹਮਣਾ ਕਰ ਰਹੇ ਹੈ ਸ਼ਮੀਮ ਸਾਂਭਟ ਕਾ ਆਖਰੀ ਬਾਲ ਅੱਛਾ ਕੈਚ ਆਊਟ ਸ਼ਮੀਮ ਪਵਲੀਅਨ ਵਾਪਸ ਗੁਲਾਮ ਰਸੂਲ ਨੂੰ ਆਲੋ ਬਹੁਤ ਉਮਦਾ ਬਹੁਤ ਉਮਦਾ ਬਾਲਿੰਗ ਸਾਂਭਟ ਕੀ ਚਾਹਰ ਪਾਲਾ ਖਾ ਤੇ ਤੇ ਫੇਰ ਵੀ ਆਊਟ ਹੋਇਆ ਤੈਨੂੰ ਕਿਹਾ ਸੀ ਵਿਕਟ ਓਵਰ ਸਿੰਗਲ ਤੋਂ ਕਿਨਾਂ ਵੀ ਸਕੋਰ ਹੋ ਜਾਣਾ ਸੀ ਨੁਕਸਾਨ ਉਠਾਣਾ ਪਿਆ ਭਾਈ ਜੀ ਬਗਨ ਆਪ ਉਧਰ ਪਬਲਿਕ ਮੇ ਜਾ ਕੇ ਖੜੇ ਰਹੋ ਯਹਾਂ ਪੇ ਬਾਲ ਲਗੇਗੀ ਇਧਰ ਉਧਰ ਉਧਰ ਓਵਰ ਨਹੀਂ ਖਤਮ ਹੋਗਾ ਸਟੇਡੀਅਮ ਜਾਏ ਕ੍ਰਾਸਿੰਗ ਨਹੀਂ ਹੋਈ ਯਾਰ ਬਹੁਤ ਰਨਿੰਗ ਪੇ ਖੜਾ ਹੋਇਆ ਹੈ ਨਿਆ ਬੈਟਸਮੈਨ ਉਹ ਆਇਆ ਹੈ ਵਹੀ ਆਏਗਾ ਬੰਦਾ ਯਾਰ ਰਨਿੰਗ ਪੇ ਹੈ 45 35 ਰਹਿ ਗਿਆ ਲੈਣਾ ਕੈਮਰਾ ਖੋਲ ਮੋਬਾਈਲ ਇਧਰ ਨਹੀਂ ਮੇਰੇ ਕੋਲ ਮੋਬਾਈਲ ਮੈਂ ਉਹ ਕਿਹਾ ਬਤਾ ਕੀ ਰਿਜ਼ਲਟ ਬਤਾ ਦਿਜੀਏਗਾ ਰਿਜ਼ਲਟ ਕੈਸਾ ਹੈ ਮੁਹੰਮਦ ਅਹਿਮਦ ਬੱਟੀ ਬਗਨ ਰਿਜ਼ਲਟ ਬਤਾ ਦਿਜੀਏਗਾ ਰਿਜ਼ਲਟ ਕੈਸਾ ਹੈ 44 ਨਿਕਲ ਗਈ ਯੂਸਫ ਬਹੁਤ ਅੰਦਰ ਨਾ ਨਾ ਚੱਲ ਫਰੂਕ ਨਿਕਲ ਗਿਆ ਆਊਟ ਹੈ ਗਿਆ ਆਊਟ ਤੇਰੇ ਬਗੈਰ ਤੇ ਨਿਸ਼ਾਨ ਤੇ ਆਊਟ ਕਰਾ ਦੇ ਆਊਟ ਕਰਾ ਦੇ ਤੂੰ ਮੁੰਡ ਦੇ ਨੂੰ ਕਿ ਪੱਲਾ ਲਾਇਆ ਤੈਨੂੰ ਕਿੰਨੇ ਕੱਬਲ ਲਾ ਕੇ ਕਰੋਂ ਦੇ ਭਾਈ ਆਪੇ ਹੋ ਗਿਆ ਐਵੇਂ ਆਪੇ ਹੋ ਗਿਆ ਪੁਲਾ ਪਰ ਤੂੰ ਨਾ ਜਾ ਚੱਬਲ ਜੋ ਅੱਗੇ ਭਾਈ ਆਪੇ ਹੋ ਔਰ ਅਬ ਮਿਰਦਾ ਵੈਸ ਵੀ ਬੇ ਬੈ ਰਨਰ ਦੀ ਗਲਤੀ ਦੀ ਵਜ੍ਹਾ ਸੇ ਰਨ ਆਊਟ ਹੋ ਗਿਆ ਤੁਹਾਨੂੰ ਵਾਪਸ ਰਿਜ਼ਲਟ ਬਤਾ ਦਿਜੀਏਗਾ ਰਿਜ਼ਲਟ ਕੈਸਾ ਹੈ ਫੋਕਸ ਠੀਕ ਹੈ ਕੈਂਡਲੀ ਪਲੀਜ਼ ਮਰਾ ਭਾਈ ਚੈੱਕ ਕਰਕੇ ਹੈ ਬਹੁਤ ਬੜਾ ਨੁਕਸਾਨ ਟਾਈਗਰ ਕ੍ਰਿਕਟ ਕਲੱਬ ਕੋ ਇਹ ਆਊਟ ਫੇਰ ਵੀ ਨਹੀਂ ਹੁੰਦਾ ਸੀ ਜੇ ਬੱਲਾ ਨਾ ਲਾਇਆ ਫਿਰ ਉਹ ਲੱਗਿਆ ਨਾ ਲੱਗਿਆ ਪਤਾ ਨਹੀਂ ਪਹੁੰਚ ਜਾਣੇ ਇੰਨੀ ਦੇਰ ਨਾ ਆਨੇ ਵਾਲੇ ਪਰ ਫਰੋਕ ਸ਼ਾਬਾਸ਼ ਡਬਲ ਕਰ ਪਰ ਦੋਮ ਖਾਨ ਰੂਪ ਨਾਇਰਾ ਕੋ ਦਿਖ ਰਿਹਾ ਕਿ ਮਾਸ਼ ਹੈ ਨਿਆਣੇ ਵਾਲੇ ਬੈਟਸਮੈਨ ਪਰ ਆਨ ਦਾ ਰੌਫ ਦਾ ਆਨ ਦਾ
بہت اچھا بال عرفان کا. روک روک تینوں کیا اتر ہے کھیل پیچھے نہ جا اے اوور کور کر لے خیر اس بعد ہی بڑا سکور بہت ہی شارپ ڈلیوری عرفان کی انتہائی شارپ بالنگ عرفان کی جانب سے وائڈ ڈلیوری کرا دی گئی بالوں ویکھ بھی لے فروخت خاصا سکور ایویں ہی گھمائی جانا میرے طرح بندہ چار رن باؤنڈری لائن سے باہر دو فیلڈر غلط کھڑے کھوتے باؤنڈری سے کھلا رہا پچھا باؤنڈری رہن دے پہلے دو بال کچھ پبلین کے لیے بارہ بال ہے چوبیس رہ گیا 57 ہو گیا چوبیس رہ گیا چوبیس بارہ بال اس کو مار میں بارہ بال ہے چوبیس اسکور یہ اوور ڈیفینڈ کرے گا کہ پلڑا کس کا باری گیارہ بالے چوبیس شاباش کوئی بندہ نہیں ہے گا اور تین رن کا اضافہ دس بالیں اکیس رن دس بالیں اکیس رن کے پی کے کنگ نو بالے سولہ رن یہ بھی ایک اور گیا گیا یہ بال ہے دیکھتے ہیں نو بال پہ 15 رن چاہیے احمد بھائی محمدی سپریم کے فاسٹ بالر مایا ناز فاسٹ بالر احمد حسن شابا فروغ شابا بھی چھکا ہی ہے چھکا کے پی کے کنگ کے پی کے شابا فروغ ایسے تھے پورا کرنا ہی بہت عمدہ فروغ چھ رن چاہیے میرے خیال میں شابا فروغ آخری بال چھ رن دے چھکا اچھی بال سلو ون ڈریل چھ بالوں پہ پانچ سکور چاہیے پانچ رہ گیا پانچ دیکھتے ہیں کس کو بھیجتے ہیں کون ڈیفینڈ کرتا ہے پانچ رن عبدالرؤف کو لایا گیا ہے پانچ رن کے لیے سامنے بہت ہی اچھے بیٹس مین پردوم مارے گا تارک پردوم آف چترال چاہیے انہوں کھیڑن دے پیچھے او جار کر نہ مار دے پیچھے تارک پردوم سامنا کریں گے چھ بالیں پانچ رن عبدالرؤف ہیں بالر اور
ये कौन सा है शेराज बट सुपर। अब्दुर्रऊफ बॉलिंग के लिए तैयार। एक रन का इजाफा, पांच बॉलें चार रन। थैंक यू। इसके बाद आर आई एम जे के इस्लामाबाद रावलपिंडी मरी का मैच होगा। रावलपिंडी इस्लामाबाद मरी आर आई एम वर्सेस। यहाँ से लूज होने वाली और अल्लाह दित्ते ने कैच ड्रॉप किया। फारूक शाबाश शाबाश, कोई नहीं, चार बॉल ने, चार बॉल ने चार रन, चार बॉल चार रन, चार बॉल चार रन। सारा गैप खाली पे इधर दे रहा। बहुत ही अच्छी बैटिंग फारूक की जानिब से और उतनी उम्दा बॉलिंग, चार बॉल चार रन। अब्दुर्रऊफ बॉल करेंगे, सामना करेंगे, बहुत अच्छा बॉल, तीन बॉल चार रन, उम्दा कमबैक अब्दुर्रऊफ की जानिब से, चार तीन बॉल चार रन। देखते हैं क्या होता है इंटरेस्टिंग मैच। अब्दुर्रऊफ बॉल करने के लिए तैयार, आए बॉल की, फुल टॉस बॉल, बॉल छह रन के लिए बाउंड्री लाइन से बाहर। और ये आ रहा टाइगर फाइनल में। टाइगर जीत की खुशी मनाते हुए, फैसलाबाद की जो टीम है वो परेशानी की हालत में बैठ जाती है और लाहौर की टाइगर टू ने विन किया मैच। और फारूक साहब जो है मैन ऑफ की मैच मेरे खेले आएंगे जरूर, और फैसलाबाद के कैप्टन से मैं गुजारिश करता हूँ कि प्लीज आए और अपना पॉइंट ऑफ व्यू दिए। और लाहौर के कैप्टन ये मैच विन किया लाहौर टाइगर ने। नेक्स्ट मैच बिस्मिल्ला वर्सेस आर आई एम। हम दूसरे मैच के लिए इंशाल्लाह हाजिर होते हैं, तब तक के लिए इजाजत, थोड़ा इंतजार कीजिए, अल्लाह हाफिज।